ਲੋਕਾਂ ਦੇ ਸਿਰ ਤੇ ਟਿਕਟੌਕ ਦਾ ਨਸ਼ਾ ਇਸ ਕਦਰ ਸਵਾਰ ਹੈ ਕਿ ਉਹ ਕੋਈ ਵੀ ਵੀਡੀਓ ਨੂੰ ਅਪਲੋਡ ਕਰਨ ਤੋਂ ਪਹਿਲਾਂ ਜ਼ਰਾ ਜਿਹਾ ਵੀ ਨਹੀਂ ਸੋਚਦੇ। ਹੁਣ ਇਸ ਵੀਡੀਓ ਨੂੰ ਹੀ ਲੈ ਲਓ ਜੋ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੇਰਠ ਦਾ ਹੈ ਤੇ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਿਹਾ ਹੈ। ਵਾਇਰਲ ਵੀਡੀਓ 'ਚ 4-5 ਨੌਜਵਾਨ ਸੜਕ ਤੇ ਖੜੇ ਨੇ ਤੇ ਉਹਨਾਂ ਨੇ ਕੇਕ ਨੂੰ ਫੁੱਟਪਾਥ ਤੇ ਰੱਖਿਆ ਹੋਇਆ ਹੈ। ਇਸੇ ਦੌਰਾਨ ਇੱਕ ਨੌਜਵਾਨ ਪਿਸਤੌਲ ਨਾਲ ਕੇਕ ਤੇ ਗੋਲੀ ਚਲਾਉਂਦਾ ਹੈ। ਪਹਿਲੀ ਵਾਰ ਤਾਂ ਨਿਸ਼ਾਨਾ ਚੁੱਕ ਜਾਂਦਾ ਹੈ ਪਰ ਦੂਜੀ ਵਾਰ ਸਹੀ ਨਿਸ਼ਾਨਾ ਲੱਗਦਾ ਹੈ। ਟਿਕਟੌਕ ਤੇ ਸ਼ਨੀਵਾਰ ਦੇਰ ਰਾਤ ਨੂੰ 20 ਸੈਕਿੰਡ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਤਾਂ ਕੁਝ ਹੀ ਪਲਾਂ 'ਚ ਵਾਇਰਲ ਹੋ ਗਿਆ। ਟਿਕਟੌਕ ਤੇ ਪ੍ਰੋਫਾਈਲ ਪਤੇ ਦੀ ਖੋਜ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਨੌਜਵਾਨ ਮੇਰਠ ਦਾ ਰਹਿਣ ਵਾਲਾ ਹੈ। ਟਵਿੱਟਰ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਤੇ ਕਿਹਾ ਕਿ ਇਹ ਘਟਨਾ ਮੇਰਠ ਦੀ ਨਹੀਂ ਹੈ ਪਰ ਜੋ ਵੀ ਹੈ ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਅਪਲੋਡ ਕਰਨ ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਸਾਡੇ ਦੇਸ਼ 'ਚ ਲੋਕ ਚੰਗੇ ਪਾਸੇ ਵੱਲ ਘੱਟ ਜਾਂਦੇ ਨੇ ਤੇ ਬੁਰੀਆਂ ਗੱਲਾਂ ਨੂੰ ਬੜੀ ਛੇਤੀ ਫੋਲੋ ਕਰਦੇ ਨੇ। ਲੋੜ ਇਸ ਸੰਬੰਧੀ ਸਖ਼ਤ ਕਦਮ ਚੁੱਕੇ ਜਾਣ ਦੀ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਨਾ ਕਰ ਸਕੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ। ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਾਲ ਕਰੋ 93978 93978।